ਅਸੀਂ ਅਕਸਰ ਦੇਖਦੇ ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ। ਪੰਜਾਬ ਦੇ ਵਿੱਚ ਨੌਕਰੀ ਪੇਸ਼ਾ ਨਾ ਹੋਣ ਦੇ ਕਰਕੇ ਨੌਜਵਾਨਾਂ ਦੇ ਵਿੱਚ ਬਾਹਰਲੇ ਦੇਸ਼ਾਂ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਪਰ ਅੱਜ ਇੱਕ ਤੁਹਾਨੂੰ ਅਜਿਹੀ ਲੜਕੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਬਾਹਰ ਦੀ PR ਛੱਡ ਕੇ ਭਾਰਤ ਦੇ ਵਿੱਚ ਹੀ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਕੋਟ ਦੇਖਣ ਦੀ ਜਿੱਦ ਅਤੇ ਤਮੰਨਾ ਨੇ ਹਲਕਾ ਗਿੱਦੜਬਾਹਾ ਦੇ ਨੇੜਲੇ ਪਿੰਡ ਰੁਖਾਲਾ ਦੀ ਇੱਕ ਲੜਕੀ ਨੂੰ ਜੱਜ ਬਣਾ ਦਿੱਤਾ। ਆਪਣੀ ਇਸ ਜਿੱਦ ਨੂੰ ਪੂਰਾ ਕੀਤਾ ਹੈ ਗਿੱਦੜਬਾਹਾ ਦੇ ਨੇੜਲੇ ਪਿੰਡ ਰੁਖਾਲਾ ਦੀ ਧੀ ਵਿਨਰਜੀਤ ਕੌਰ ਨੇ। ਪਿੰਡ ਰੁਖਾਲਾ ਦੀ ਰਹਿਣ ਵਾਲੀ ਵਿਨਰਜੀਤ ਕੌਰ ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਦਾ ਅਹੁਦਾ ਹਾਸਲ ਕੀਤਾ ਹੈ ਅਤੇ ਆਪਣੇ ਮਾਤਾ ਪਿਤਾ ਸਮੇਤ ਪਿੰਡ ਗਿੱਦੜਬਾਹਾ ਦਾ ਇਲਾਕੇ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ। ਜੱਜ ਬਣਨ ਦੇ ਬਾਅਦ ਆਪਣੇ ਪਿੰਡ ਰੁਖਾਲਾ ਪਹੁੰਚੀ ਵਿਨਰਜੀਤ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕੋਰਟ ਦੇਖਣ ਅਤੇ ਉਸ ਵਿੱਚ ਚੱਲਦੇ ਪ੍ਰੋਸੀਜਰ ਨੂੰ ਦੇਖਣ ਦਾ ਚਾਅ ਰਹਿੰਦਾ ਸੀ ਅਤੇ ਉਹ ਅਕਸਰ ਆਪਣੇ ਪਿਤਾ ਨਾਲ ਕਚਹਿਰੀ ਦੇਖਣ ਲਈ ਜਿੱਦ ਕਰਦੀ ਰਹਿੰਦੀ ਸੀ। ਪਰ ਉਸਦੇ ਪਿਤਾ ਉਸ ਨੂੰ ਹਮੇਸ਼ਾ ਇਹੀ ਕਹਿ ਦਿੰਦੇ ਸਨ ਕਿ ਪਰਮਾਤਮਾ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰਾਂ ਦੇ ਕੋਲ ਨਾ ਭੇਜੇ। ਵਿਨਰਜੀਤ ਕੌਰ ਨੇ ਦੱਸਿਆ ਕਿ ਹੁਣ ਉਸਦਾ ਕੋਰਟ ਦੇਖਣ ਦਾ ਸੁਪਨਾ ਸੱਚ ਹੋ ਗਿਆ ਹੈ। ਵਿਨਰਜੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸ਼ਿਮਲਾ ਅਤੇ ਹਿਸਾਰ ਤੋਂ ਪ੍ਰਾਪਤ ਕੀਤੀ ਹੈ। 2008 ਵਿੱਚ DAV ਸਕੂਲ ਚੰਡੀਗੜ੍ਹ ਵਿੱਚ ਆਲ ਇੰਡੀਆ DAV ਸਕੂਲ ਵਿੱਚੋਂ 12ਵੀਂ ਦੀ ਜਮਾਤ ਵਿੱਚ ਇਤਿਹਾਸ ਵਿੱਚ ਟੌਪ ਕੀਤਾ ਸੀ। ਜਿਸ ਦੇ ਬਾਅਦ ਵਿਨਰਜੀਤ ਕੌਰ ਨੇ BA MCA ਮਿਹਰ ਚੰਦ ਮਹਾਜਨ ਕਾਲਜ ਚੰਡੀਗੜ੍ਹ 2011 ਵਿੱਚ ਪਾਸ ਕੀਤੀ ਅਤੇ ਪੰਜਾਬੀ ਦੇ ਚਲਦੇ ਇੱਕ ਵਾਰ ਪੰਜਾਬ ਵਿੱਚ ਟੈਸਟ ਦੇਣ ਦੇ ਬਾਅਦ ਪ੍ਰੀਖਿਆ ਕਲੀਅਰ ਨਹੀਂ ਕਰ ਪਾਈ। ਫਿਰ ਵਿਨਰਜੀਤ ਕੌਰ ਨੇ ਦੱਸਿਆ ਕਿ ਦਿੱਲੀ ਵਿੱਚ ਵੀ ਉਹਨਾਂ ਨੇ 2 ਵਾਰ ਅਸਫਲ ਰਹਿਣ ਦੇ ਬਾਅਦ ਹਾਰ ਨਹੀਂ ਮੰਨੀ ਅਤੇ ਅਖੀਰ 3ਵੀਂ ਵਾਰ ਵਿੱਚ ਆਪਣੀ ਕਾਮਯਾਬੀ ਹਾਸਲ ਕਰ ਲਈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਨਰਜੀਤ ਕੌਰ ਨੇ ਦੱਸਿਆ ਕਿ ਉਸਦਾ ਭਰਾ BA ਪਾਸ ਹੈ ਅਤੇ ਆਪਣੀ ਪਤਨੀ ਦੇ ਨਾਲ ਕੈਨੇਡਾ ਵਿੱਚ ਸੈਟਲ ਹੈ। ਉਸਨੇ ਇਹ ਵੀ ਦੱਸਿਆ ਕਿ ਉਸਦੇ ਮਾਤਾ ਪਿਤਾ ਦੇ ਇਲਾਵਾ ਉਸਦੀ ਭਰਜਾਈ ਸਤਬੀਰ ਕੌਰ ਨੇ ਵੀ ਉਸਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਹੈ ਅਤੇ ਉਹਨਾਂ ਦੀ ਵਜ੍ਹਾ ਨਾਲ ਹੀ ਉਹ ਇਸ ਮੁਕਾਮ 'ਤੇ ਪਹੁੰਚੀ ਹੈ। ਇਸ ਤੋਂ ਇਲਾਵਾ ਹੋਰ ਕੀ ਕਹਿਣਾ ਵਿਨਰਜੀਤ ਕੌਰ ਦਾ, ਜਰਾ ਤੁਸੀਂ ਖੁਦ ਹੀ ਸੁਣ ਲਵੋ ਜੀ। ਵਿਨਰਜੀਤ ਕੌਰ ਸੰਧੂ ਜੀ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਅਜੇ ਤਾਂ ਮੈਂ ਸ਼ੌਕ 'ਚ ਹੀ ਹੈ, ਲਾਈਕ ਪੂਰਾ ਪ੍ਰੋਸੈਸ ਨਹੀਂ ਕੀਤਾ, ਬਟ ਮੈਨੂੰ ਆਪਦੇ ਪੇਰੈਂਟਸ ਨੂੰ ਦੇਖ ਕੇ, ਉਹਨਾਂ ਦੀ ਖੁਸ਼ੀ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਸਿੱਖਿਆ ਦੀ ਗੱਲ ਕਰ ਲਈਏ, ਜੇ ਮੁੱਢਲੀ ਸਿੱਖਿਆ ਦੀ ਗੱਲ ਕਰੀਏ, ਕਿੱਥੋਂ ਜਿਹੜੀ ਸ਼ੁਰੂਆਤ ਹੋਈ ਜੀ? ਪਹਿਲਾਂ ਮੇਰੀ ਸਾਰੀ ਸਕੂਲਿੰਗ ਬੋਰਡਿੰਗ ਸਕੂਲਸ 'ਚ ਰਹੀ ਹੈ, ਸ਼ਿਮਲਾ, ਹਿਸਾਰ ਅਤੇ ਚੰਡੀਗੜ੍ਹ। ਅਤੇ ਫਿਰ ਉਦੋਂ ਬਾਅਦ ਮੈਂ ਚੰਡੀਗੜ੍ਹ ਤੋਂ ਹੀ ਆਪਦੀ ਸਾਈਕੋਲੋਜੀ ਓਨਰਸ 'ਚ ਗ੍ਰੈਜੂਏਸ਼ਨ ਕੀਤੀ ਸੀ। ਉਸ ਤੋਂ ਬਾਅਦ ਮੈਂ ਲੋਅ ਲਈ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲੋਅ ਸੈਂਟਰ ਤੋਂ LLB ਕੀਤੀ ਅਤੇ ਹੁਣੇ ਪਿਛਲੇ ਸਾਲ ਹੀ ਮੈਂ ਨੈਸ਼ਨਲ ਲੋਅ ਯੂਨੀਵਰਸਿਟੀ ਦਿੱਲੀ ਤੋਂ LLM ਕੀਤੀ ਹੈ। ਜੀ ਲੋਅ ਪੂਰੇ ਲਾਈਕ ਆਪਣੀਆਂ ਨੋਰਮਲੀ ਫੈਮਿਲੀਜ਼ 'ਚ ਲੀਗਲ ਦਾ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ, ਤਾਂ ਉਹ ਮੈਟਰਸ ਨੂੰ ਲੈ ਕੇ ਮੈਂ ਬਹੁਤ ਕਿਊਰੀਅਸ ਹੁੰਦੀ ਸੀ। ਫਿਰ ਇਵੈਂਚੁਅਲੀ ਆਪੇ ਹੀ ਲੋਅ ਦੇ ਲਈ ਇੰਟਰਸਟ ਬਣਦਾ ਰਿਹਾ ਉਹ ਮੈਟਰਸ ਨੂੰ ਦੇਖ ਕੇ, ਅਤੇ ਸਾਈਕੋਲੋਜੀ ਕਰਨ ਤੋਂ ਬਾਅਦ ਮੈਨੂੰ ਲੱਗਿਆ ਲੋਅ ਇੱਕ ਗਵਰਨਮੈਂਟ ਜੋਬ ਭਾਲਣ ਲਈ ਵੀ ਇੱਕ ਈਜ਼ੀ ਅਤੇ ਇੱਕ ਯੂਨੋ ਚੰਗਾ ਰਸਤਾ ਰਹੂਗਾ। ਅਤੇ ਲੋਅ ਦਾ ਪੜ੍ਹਾਈ 'ਚ ਮੈਂ ਇੰਜੋਏ ਵੀ ਬਹੁਤ ਕੀਤੀ ਕਰਨੀ, ਲਾਈਕ ਮੈਨੂੰ ਕਦੇ ਪੜ੍ਹਾਈ ਔਖੀ ਨਹੀਂ ਲੱਗੀ ਲੋਅ ਦੀ, ਮੈਨੂੰ ਉਹ ਬਹੁਤ ਮਜ਼ਾ ਆਉਂਦਾ ਸੀ ਕਰਕੇ। ਜੇਕਰ ਗੱਲ ਕਰੀਏ ਜੇ ਤੁਹਾਡੇ ਪਰਿਵਾਰਕ ਮੈਂਬਰਾਂ ਦੀ, ਉਹਨਾਂ ਦਾ ਸਾਥ ਕਿਸ ਤਰ੍ਹਾਂ ਦਾ ਜਿਹੜਾ ਜੀ? ਬਹੁਤ ਜ਼ਿਆਦਾ, ਮੇਰੇ 'ਤੇ ਕਦੇ ਵੀ ਕਿਸੇ ਚੀਜ਼ ਦਾ ਪ੍ਰੈਸ਼ਰ ਨਹੀਂ ਰਿਹਾ, ਮੈਨੂੰ ਪੜ੍ਹਨ ਦੀ ਹਮੇਸ਼ਾ ਬਹੁਤ ਆਜ਼ਾਦੀ ਅਤੇ ਬਹੁਤ ਖੁੱਲ੍ਹ ਅਤੇ ਜਿੰਨਾ ਸਾਥ ਚਾਹੀਦਾ ਸੀ ਕਿਸੇ ਚੀਜ਼ ਦਾ, ਰਿਸੋਰਸਿਸ ਦਾ, ਟਾਈਮ ਦਾ, ਮੇਰੇ ਲਈ ਹਰ ਟਾਈਮ ਉਹ ਸੀਗਾ। ਮੈਨੂੰ ਕਦੇ ਸੋਚਣਾ ਨਹੀਂ ਪਿਆ ਕਿਸੇ ਵੀ, ਮਤਲਬ ਪੜ੍ਹਾਈ ਤੋਂ ਬਿਨਾਂ ਮੇਰੀ ਲਾਈਫ 'ਚ ਕੋਈ ਹੋਰ ਸਟ੍ਰੈਸ ਜਾਂ ਕੁਛ ਵੀ ਨਹੀਂ ਸੀਗਾ, ਹਮੇਸ਼ਾ ਮੈਨੂੰ ਹਰ ਚੀਜ਼ ਬਹੁਤ ਈਜ਼ੀ ਸੀਗੀ। ਜੀ ਉਸ ਹਿਸਾਬ ਨਾਲ ਇੰਨੀਆਂ ਪਿੰਡ ਤੋਂ ਲੈ ਕੇ ਪ੍ਰੋਬਲਮਸ ਨਹੀਂ ਸੀ, ਕਿਉਂਕਿ ਦਿੱਲੀ ਚਾਹੇ ਵੈਸੇ ਸੋਚ ਲਓ, ਪਰ ਉੱਥੇ ਜ਼ਿਆਦਾਤਰ ਲੋਕ ਅੱਡ ਅੱਡ ਦੇਸ਼ ਅਤੇ ਅੱਡ ਅੱਡ ਕੋਨਿਆਂ ਤੋਂ ਪਿੰਡਾਂ ਤੋਂ ਹੀ ਆਉਂਦੇ ਹੈ, ਅਤੇ ਬਹੁਤ ਜ਼ਿਆਦਾ ਜ਼ਮੀਨੀ ਲੋਕ ਹੁੰਦੇ ਹੈ। ਜਿਵੇਂ ਆਪਾਂ ਬਾਹਰੋਂ ਸੋਚੀਏ ਤਾਂ ਸੋਚਦੇ ਕਿ ਦਿੱਲੀ ਕਾਫੀ ਵੱਡਾ ਸ਼ਹਿਰ ਹੈ, ਕਿਤੋਂ ਕਿਤੋਂ ਦੇ ਲੋਕ ਹੋਣਗੇ, ਪਰ ਉੱਥੇ ਜ਼ਿਆਦਾ ਲੋਕ ਜਿਨ੍ਹਾਂ ਨੂੰ ਮੈਂ ਮਿਲੀ ਉਹ ਅੱਡ ਦੇਸ਼ ਦੇ ਅੱਡ ਅੱਡ ਕੋਨਿਆਂ ਦੇ ਪਿੰਡਾਂ ਤੋਂ ਹੀ ਆਏ ਸੀ, ਤਾਂ ਕਰਕੇ ਕਦੇ ਇੰਨਾ ਮਤਲਬ ਆਹ ਅੜਿੱਕਣ ਨਹੀਂ ਬਣੀ, ਸਮਾਂ ਦੀ ਸਾਥ ਦਿੱਤਾ ਇਸ ਚੀਜ਼ ਨੇ। ਕਿੰਨੀ ਕੁ ਮਿਹਨਤ ਕਿੰਨੀ ਕਰਨੀ ਪਈ ਇਸ ਦੇ ਪਿੱਛੇ ਜੀ? ਬਹੁਤ ਜ਼ਿਆਦਾ, ਬਹੁਤ ਬਹੁਤ ਜ਼ਿਆਦਾ,
ਕਿ ਵਾਰੀ ਵਾਰੀ ਇੱਕ ਇੱਕ ਕਿਤਾਬਾਂ ਨੂੰ ਇੰਨੀ ਵਾਰ ਪੜ੍ਹਤਾ ਕਿ ਪਾਪਾ ਬਚਪਨ 'ਚ ਮਜ਼ਾਕ ਕਰਦੇ ਹੁੰਦੇ ਸੀ ਕਿ ਪਾੜ ਦੋ ਕਿਤਾਬਾਂ, ਅਤੇ ਉਹ ਸੱਚੀ ਵਾਰੀ ਵਾਰੀ ਪੜ੍ਹ ਕੇ ਉਹਨਾਂ ਦੇ ਪੇਜਸ ਅੱਡ ਅੱਡ ਹੋ ਗਏ ਹੈ ਇਸ ਟਾਈਮ 'ਤੇ। ਹਾਂਜੀ, ਮੈਂ ਦਿੱਲੀ 'ਚ ਰਾਹੁਲਸ ਹੈਗੇ ਹੈ ਉਹਨਾਂ ਤੋਂ ਕੋਚਿੰਗ ਲਈ, ਅਤੇ ਉਹਨੇ ਮੇਰਾ ਬਹੁਤ ਮਦਦ ਕੀਤੀ, ਉਹਨੇ ਇਟ ਵਾਜ਼ ਵੈਰੀ ਹੈਲਪਫੁਲ ਗਾਈਡੈਂਸ ਬਹੁਤ ਸੀਗੀ ਉਹਦੀ। ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਕਰ ਰਹੇ ਹੋ ਹੁਣ ਜੀ? ਅਜੇ ਤਾਂ ਸਿੰਕ ਇਨ ਹੀ ਨਹੀਂ ਕੀਤਾ, ਅਜੇ ਤਾਂ ਮੈਂ ਬਹੁਤ ਸ਼ੌਕ 'ਚ ਹੈ, ਮੈਨੂੰ ਪਤਾ ਕਿ ਬਹੁਤ ਚੰਗਾ ਹੋਇਆ ਹੈ, ਪਰ ਅਜੇ ਬਸ ਮੈਂ ਉਸੇ ਯੂਨੋ ਮੋਡ 'ਚ ਹੀ ਹੈ ਕਿ ਅਜੇ ਆਟੋ ਪਾਇਲਟ 'ਤੇ ਹੀ ਖੁਸ਼ੀ 'ਚ ਹੈ ਅਜੇ। ਪਰ ਹਾਂ, ਬਹੁਤ ਦੇਰ ਲਈ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਇਸ ਚੀਜ਼ ਦੀ, ਤਾਂ ਜਦੋਂ ਹੁਣ ਮਿਲ ਗਈ ਹੈ, ਹੁਣ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਆਹ ਮਿਲ ਵੀ ਗਿਆ ਹੈ। ਜੀ, ਮੇਰਾ ਸਾਥ, ਮੇਰੀਆਂ ਫਰੈਂਡਸ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ ਮੇਰੀ ਇਸ ਸਾਰੀ ਜਰਨੀ 'ਚ। ਮੇਰੀਆਂ ਫਰੈਂਡਸ ਨੇ ਹਮੇਸ਼ਾ ਬਹੁਤ ਜ਼ਿਆਦਾ ਸਾਥ ਦਿੱਤਾ, ਇਨਕਰੇਜਮੈਂਟ ਹੋਵੇ ਜਾਂ ਕੋਈ ਵੀ, ਮੈਂ ਕਿਸੇ ਵਿਆਹ 'ਤੇ ਨਹੀਂ ਕਦੇ ਜਾਂਦੀ ਸੀ ਤਾਂ ਨੋਰਮਲੀ ਫਰੈਂਡਸ ਗੁੱਸੇ ਹੋ ਜਾਂਦੀਆਂ, ਪਰ ਮੇਰੀਆਂ ਫਰੈਂਡਸ ਨੇ ਕਦੇ ਇਸ ਚੀਜ਼ ਦਾ ਆਏ ਨਹੀਂ ਕੀਤਾ। ਉਹਨਾਂ ਨੂੰ ਹੁੰਦਾ ਸੀ ਕਿ ਕਾਸ਼ ਤੂੰ ਆ ਸਕੇ, ਪਰ ਪਤਾ ਕਿ ਤੂੰ ਪੜ੍ਹ ਰਹੀ ਹੈ। ਤਾਂ ਬਾਕੀ ਹੋਰ ਵੀ ਬਹੁਤ ਚੀਜ਼ਾਂ 'ਚ ਮੇਰੀਆਂ ਫਰੈਂਡਸ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਇਸ 'ਚ। ਪੜ੍ਹਾਈ 'ਚ ਵੀ ਬਹੁਤ ਦੋਸਤਾਂ ਨੇ ਬਹੁਤ ਮਦਦ ਕੀਤੀ। ਹਾਂਜੀ ਹਾਂਜੀ, ਮੈਨੂੰ ਕੈਨੇਡੀਅਨ, ਮੈਂ PR ਇੱਕ ਆਲਟਰਨੇਟਿਵ ਪਲਾਨ ਆਖ ਕੇ ਮੈਂ ਸੋਚਿਆ ਸੀ ਕਿ ਜੇ ਆਹ ਨਹੀਂ ਹੁੰਦਾ ਤਾਂ ਮੈਂ ਕੈਨੇਡਾ 'ਚ ਲੋਅ ਪ੍ਰੈਕਟਿਸ ਕਰ ਲੂੰਗੀ। ਮੈਂ PR ਲਈ ਅਪਲਾਈ ਕੀਤਾ ਸੀ, ਮੈਨੂੰ ਮਿਲ ਵੀ ਗਈ ਸੀ, ਪਰ ਕੋਵਿਡ ਕਰਕੇ ਮੈਂ ਜਾ ਨਹੀਂ ਸਕੀ, ਅਤੇ ਉਸੇ ਟਾਈਮ ਦੇ ਵਿੱਚ ਵਿੱਚ ਇੰਟਰਵਿਊ ਕਲੀਅਰ ਹੋ ਗਈ। ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ, ਇੱਕ ਕਿਸਾਨ ਦੀ ਬੇਟੀ ਪਿੰਡ ਦੀ ਜ਼ਿੰਦਗੀ ਬਤੀਤ ਕਰਨ ਲਈ ਜੱਜ ਬਣੀ। ਕਦੇ ਸੋਚਿਆ ਸੀ ਤੁਸੀਂ ਇਸ ਤਰ੍ਹਾਂ ਦਾ, ਕੋਈ ਸੁਪਨਾ ਵਗੈਰਾ ਸੀ ਤੁਹਾਡਾ? ਸੋਚੀ ਦਾ ਤਾਂ ਸੀ ਜੀ, ਪਰ ਕੰਪੀਟੀਸ਼ਨ ਨੂੰ ਦੇਖ ਕੇ ਆਖਿਆ ਸੀ, ਬਹੁਤ ਔਖਾ ਕੰਮ ਹੈ ਜੀ। ਬੇਟੀ ਨੇ ਮਿਹਨਤ ਕੀਤੀ, ਅਖੀਰ ਨੂੰ ਪਰਮਾਤਮਾ ਨੇ ਬੇਟੀ ਦੀ ਮਿਹਨਤ ਦੀ ਗੱਲ ਕਰੀਏ, ਕਿੰਨਾ ਜਿਹੜਾ ਚਿਰ ਇਹ ਬੇਟੀ ਪੜ੍ਹਦੀ ਸੀਗੀ, ਜਿਹੜੀ ਆਪਣੀ ਪੜ੍ਹਾਈ ਕਿਸ ਤਰ੍ਹਾਂ ਇਹਨੇ ਕੀਤੀ? ਤਕਰੀਬਨ 14-15 ਘੰਟੇ ਰੋਜ਼ਾਨਾ ਨੂੰ ਜੀ, ਸੁਬਹਾ 4-5 ਵਜੇ ਸੌਂਦੀ ਸੀ ਜੀ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹੁਣ ਇਸ ਟਾਈਮ ਤੁਸੀਂ? ਬਹੁਤ ਖੁਸ਼ੀ ਮਹਿਸੂਸ ਕਰ ਰਹੇ ਜੀ। ਕਿੰਨੇ ਬੱਚੇ ਸਰ ਤੁਹਾਡੇ? 2 ਬੱਚੇ ਜੀ, ਬੇਟਾ ਬੇਟੀ। ਬੇਟੀ ਨੇ ਵੀ ਇਸੇ ਲਾਈਨ 'ਚ ਆ ਜਾਂ ਕੋਈ? ਬੇਟਾ ਬਾਹਰ ਗਿਆ ਕੈਨੇਡਾ ਜੀ। ਕਦੇ ਸੋਚਿਆ ਨਹੀਂ ਸੀ ਵੀ ਯੰਗ ਜਨਰੇਸ਼ਨ ਹੈ, ਮੈਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੈ, ਜਾਂ ਜਿਸ ਤਰ੍ਹਾਂ ਤੁਸੀਂ ਬੇਟਾ ਤਾਂ ਭੇਜਿਆ ਹੀ ਆ, ਬੇਟੀ ਨੂੰ ਵੀ ਸੋਚਿਆ ਹੋਏਗਾ ਬਾਹਰ ਭੇਜਣ ਦਾ, ਕੋਈ ਇੱਦਾਂ ਸੀ ਖਿਆਲ? ਨਹੀਂ ਜੀ, ਪਰ ਆਜ਼ਾਦੀ ਦਿੱਤੀ ਮੈਂ ਵੀ, ਜੇ ਬਾਹਰ ਜਾਣਾ ਬਾਹਰ ਜਾਓ ਜੀ, ਜੋ ਵੀ ਕਰਨਾ ਆਪਦਾ ਸੋਚ ਸਮਝ ਕੇ ਕਰੋ ਜੀ। ਅਕਸਰ ਹੀ ਦੇਖਦੇ ਆਪਾਂ ਜਿਹੜਾ ਆਪਣਾ ਇੱਕ ਕਲਚਰ ਹੈ, ਉਸ ਕਲਚਰ ਦੇ ਵਿੱਚ ਜਿਹੜੀਆਂ ਲੜਕੀਆਂ, ਉਹਨਾਂ ਨੂੰ ਬਾਹਰ ਨਹੀਂ ਭੇਜਿਆ ਜਾਂਦਾ ਗਾ, ਬਾਹਰ ਨਹੀਂ ਕੱਢਿਆ ਜਾਂਦਾ ਗਾ, ਕਿਉਂਕਿ ਜਿਹੜੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਆ। ਕੀ ਕਹਿਣਾ ਤੁਹਾਡਾ ਉਹਦੇ ਬਾਰੇ? ਨਹੀਂ, ਇਹਦੇ ਬਾਰੇ ਅਸੀਂ ਤਾਂ ਇਹ ਕਹਿੰਦੇ ਬੇਟੀ ਬੇਟਾ ਬਰਾਬਰ ਹੈ ਜੀ, ਅਧਿਕਾਰ ਬਰਾਬਰ ਹੈ ਜੀ। ਬੇਟਿਆਂ ਨਾਲੋਂ ਬੇਟੀ ਮਿਹਨਤ ਵੱਧ ਕਰਦੀਆਂ ਜੀ, ਬੇਟੇ ਘੱਟ ਕਰਦੇ ਹੈਗੇ ਜੀ ਮਿਹਨਤ। ਬੇਟੀ ਨੂੰ ਜੇ ਮਿਹਨਤ ਕਰਦੀ, ਉਹਨੂੰ ਮਿਹਨਤ ਕਰਨ ਦਿਓ। ਮੇਰਾ ਪਿੰਡ ਰਖਾਲਾ, ਅਤੇ ਮੈਂ ਆਪਣੀ ਬੇਟੀ 'ਤੇ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਇਹਨੇ ਜੋ ਵੀ ਕੀਤਾ, ਇਹਨੇ ਆਪਣੀ ਮਿਹਨਤ ਨਾਲ ਕੀਤਾ। ਮੈਂ ਤਾਂ ਸਿਰਫ ਉਨਾ ਕੀ ਜਿੰਨਾ ਕਿ ਇੱਕ ਮਦਰ ਕਰ ਸਕਦੀ ਹੈ ਆਪਣੇ ਬੱਚਿਆਂ ਲਈ, ਉਨਾ ਕੀ ਇਹਦੇ ਲਈ ਕੀਤਾ। ਬਾਕੀ ਮਿਹਨਤ ਇਹਨੇ ਆਪ ਕੀਤੀ, ਫਲ ਇਹਨੂੰ ਪਰਮਾਤਮਾ ਨੇ ਦਿੱਤਾ, ਅਤੇ ਵਾਹਿਗੁਰੂ ਇਹਦੇ ਅੱਗੇ ਵੀ ਸਹਾਈ ਰਹਿਣ ਇਹਦੇ ਲਈ, ਇਹਨੂੰ ਖੁਸ਼ੀਆਂ ਬਖਸ਼ਣ। ਤੁਹਾਡੇ ਵੱਲੋਂ ਆਂਟੀ ਕਿੰਨਾ ਕੁ ਸਪੋਰਟ ਸੀ ਕੁੜੀਆਂ ਨੂੰ? ਮੇਰੇ ਲਈ ਵੱਲੋਂ ਸਪੋਰਟ ਇਹ ਸੀ, ਇੱਕ ਤਾਂ ਮੈਨੂੰ ਇਹਦੇ 'ਤੇ ਪੱਕਾ ਯਕੀਨ ਸੀ ਕਿ ਮੇਰਾ ਬੱਚਾ ਕਦੇ ਗਲਤ ਨਹੀਂ ਰਸਤੇ ਜਾਊਗਾ, ਅਤੇ ਵੀ ਉਹ ਜੋ ਵੀ ਕਰੂਗਾ ਠੀਕ ਕਰੂਗਾ। ਮੈਂ ਇਹਨੂੰ ਪੂਰੀ ਖੁੱਲ੍ਹ ਦਿੰਦੀ ਸੀ ਵੀ ਕੋਈ ਵੀ ਮੈਨੂੰ ਇਹ, ਸਾਨੂੰ ਲੋਕ ਕਹਿੰਦੇ ਸੀ ਤੁਸੀਂ ਦਿੱਲੀ ਬੱਚੇ ਨੂੰ ਇਕੱਲਾ ਭੇਜਿਆ ਜਾਂ ਕਿਵੇਂ ਹੈ ਕਿਵੇਂ ਨਹੀਂ, ਅਸੀਂ ਕਹਿੰਦੇ ਸੀ ਵੀ ਨਹੀਂ ਕੋਈ ਨਹੀਂ, ਸਾਨੂੰ ਆਪਣੇ ਬੱਚੇ 'ਤੇ ਮਾਣ ਹੈ, ਬੱਚਾ ਜੋ ਵੀ ਕਰਨਾ ਚਾਹੁੰਦਾ ਉਹ ਕਰੇ। ਅਤੇ ਨਾ ਇਹਨੂੰ ਅਸੀਂ ਅੱਜ ਤੱਕ ਕੰਪੈਲ ਕੀਤਾ ਸੀ ਕਿ ਬੇਟੇ ਤੂੰ ਆਹ ਸਬਜੈਕਟ ਰੱਖ, ਤੈਨੂੰ ਆਹ ਪੜ੍ਹਨਾ ਚਾਹੀਦਾ, ਨਾ ਇਹਨੂੰ ਅੱਜ ਤੱਕ ਬੈਠ ਕੇ ਕਦੇ ਵੀ ਤੂੰ ਹੋਮਵਰਕ ਕਰ ਛੋਟੇ ਹੁੰਦਿਆਂ ਤੋਂ ਵੀ ਜਾਂ ਨਹੀਂ, ਇਹ ਸੈਲਫ ਸਟੱਡੀ ਕਰਕੇ ਹੀ ਖੁਸ਼ ਸੀ ਅਤੇ ਆਪਣੇ ਆਪ ਹੀ ਪੜ੍ਹਦੀ ਸੀ। ਅੱਜ ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਕਰ ਰਹੀ ਹੈ? ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹਦੇ ਇਸ ਗੱਲ 'ਤੇ, ਅਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ।
बेटा कोई नहीं भी तुसी घबराओ ना भी जे थोड़ा ये हो गया ठीक है नहीं तुसी बार थोड़ी पीआर हैगी है तुसी बार चले जाना उत्थे जाके तुसी आपदा एग्जाम कर लोगे तुसी मतलब इंटेलिजेंट हो तुसी कर ही लेना मैनू ये सीखा कि बच्चे का दिल ना टुटे कदे ये ना महसूस हो कि मैं जे पेपर क्लीयर नहीं कर सकी आपकी इंटरव्यू क्लीयर नहीं कर सकी तो मैनू दुख ना हो किसी गलों तो भी जो परमात्मा से विश्वास है जी जो भी देना है परमात्मा ने बच्चे की किस्मत जो लिखा उन्हें उही करना है बच्चे का फर्ज तो यही सी मेहनत करने का वो ही नहीं की अजकल जिस तरह के लड़कियों को घट पढ़ाया जाता है मैं उन्होंने कहूँगी कि अपने बच्चों पर पूरा प्राउड करो तो उन्होंने शुरू तो बचपन तो तुम जो आप सही रहोगे तो थोड़े बच्चे बिल्कुल सही तो देख के ही उन्होंने जो करना है बनना है तुम खुद भी ठीक रहो तो अपने बच्चों दो टाइम दो जरूर उन्होंने मौका दो कुछ कर जो जिस लाइन च जाना चाहते हैं उन्होंने उस लाइन में जान दो ये ना सोचो कि उन्हें डॉक्टर बनना है ज इन्हें कुछ बनना है मजबूर ना करो बच्चों कभी भी। प्राइम मुद्दे श्री मुक्तसर साहब तो सोनू खेड़ा की रिपोर्ट।